ਜਿਹੜਾ ਵੀ ਗੁਰਸਿੱਖ ਰਹਿਰਾਸ ਸਾਹਿਬ ਜੀ ਦਾ ਪਾਠ ਰੋਜ਼ਾਨਾ ਕਰਦਾ ਉਸ ਤੇ ਇੱਕ ਵੱਖਰੀ ਬਖਸ਼ਿਸ਼ ਹੁੰਦੀ ਹੈ ਕਿਉਂਕਿ ਰਹਿਰਾਸ ਸ਼ਬਦ ਦਾ ਅਰਥ ਹੈ ਰਾਹੇ ਰਾਸਤ ਫਾਰਸੀ ਦਾ ਸ਼ਬਦ ਹੈ ਰਾਹੇ ਰਾਸਤ ਉਸ ਤੋਂ ਰਹਿਰਾਸ ਬਣਿਆ ਭਾਵ ਕਿ ਸਿੱਧਾ ਰਸਤਾ ਇਹ ਰਹਿਰਾਸ ਸਾਹਿਬ ਜੀ ਦਾ ਪਾਠ ਜੋ ਵੀ ਕਰਦਾ ਇਹਨੂੰ ਦਰਗਾਹ ਤੱਕ ਦਾ ਪਰਮਾਤਮਾ ਦੇ ਚਰਨਾਂ ਤੱਕ ਦਾ ਸਿੱਧਾ ਰਸਤਾ ਮਿਲ ਜਾਂਦਾ ਤੇ ਦੂਸਰਾ ਹਰ ਇੱਕ ਦੀ ਜ਼ਿੰਦਗੀ ਵਿੱਚ ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਜ਼ਿੰਦਗੀ ਦੇ ਰਸਤੇ ਸਾਰੇ ਉਲਝੇ ਪਏ ਆ ਪਤਾ ਹੀ ਨਹੀਂ ਲੱਗਦਾ ਕਿਸ ਰਸਤੇ ਤੇ ਚੱਲੀਏ ਜ਼ਿੰਦਗੀ ਸੋਹਣੀ ਬਣ ਜਾਵੇ ਤੁਸੀਂ ਰੋਜ਼ਾਨਾ ਰਹਿਰਾਜ ਸਾਹਿਬ ਜੀ ਦਾ ਪਾਠ ਕਰੋ ਜ਼ਿੰਦਗੀ ਦੇ ਸਾਰੇ ਰਸਤੇ ਸੁਲਝ ਜਾਣਗੇ ਤੇ ਸਿੱਧਾ ਰਸਤਾ ਮਿਲ ਜਾਵੇਗਾ ਰਹਿਰਾਜ ਸਾਹਿਬ ਜੀ ਦਾ ਪਾਠ ਕਰਨ ਦਾ ਸਮਾਂ ਹੈਗਾ ਸੰਧਿਆ ਸਮੇਂ ਦਾ ਜਿਸ ਵਕਤ ਸੂਰਜ ਡੁੱਬਣ ਲੱਗਦਾ ਉਸ ਸਮੇਂ ਰਹਿਰਾਜ ਸਾਹਿਬ ਜੀ ਦਾ ਪਾਠ ਗੁਰਸਿੱਖ ਨੂੰ ਆਰੰਭ ਕਰਨਾ ਚਾਹੀਦਾ ਸਤਿਗੁਰੂ ਦੇ ਬਚਨ ਨੇ ਜਿਹੜਾ ਸੰਧਿਆ ਸਮੇਂ ਰਹਿ ਰਾਜ ਸਾਹਿਬ ਜੀ ਦਾ ਪਾਠ ਕਰਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਉਹਨੂੰ ਸੱਚਖੰਡ ਵਿੱਚ ਥਾਂ ਬਖਸ਼ਦੇ ਆ